ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਤੁਹਾਨੂੰ ਖੇਤ ਦਿਖਾ ਰਿਹਾ ਨਰਮੇ ਦਾ ਜਿੰਨਾ ਖੇਤਾਂ ਦੇ ਵਿੱਚ ਸੁੰਡੀ ਨਹੀਂ ਆਈ ਬਹੁਤ ਸੋਹਣੇ ਨਰਮੇ ਆ ਭਾਵੇਂ ਹਰਿਆਣੇ ਦੇ ਏਰੀਆ ਹੈਗੇ ਕੁਝ ਰਾਜਸਥਾਨ ਦੇ ਏਰੀਆ ਹੈਗੇ ਕੁਝ ਪੰਜਾਬ ਦੇ ਵੀ ਇਹੇ ਏਰੀਏ ਹੈਗੇ ਜਿੱਥੇ ਨਰਮੇ ਦੇ ਝਾੜ ਬਹੁਤ ਟੌਪ ਆ ਰਹੇ ਆ ਸੁੰਡੀ ਨਹੀਂ ਆਈ ਪਰ ਜਦੋਂ ਪਹਿਲੀ ਚਿਗਾਈ ਹੋ ਜਾਂਦੀ ਹੈ ਜਾਂ ਪਹਿਲੀ ਚਿਗਾਈ ਲੇਟ ਹੋ ਜਾਂਦੀ ਆ ਖੇਤਾ ਫਲ ਲੱਗ ਰਿਹਾ ਹੁੰਦਾ ਉੱਥੇ ਸੁੰਡੀਆਂ ਦਿਖਾਈ ਦੇ ਰਹੀਆਂ ਤੇ ਕੀ ਇੱਕ ਸਵਾਲ ਜਿਆਦਾ ਪੁੱਛਿਆ ਜਾ ਰਿਹਾ ਸੀ ਵੀ ਕੀ ਆਪਾਂ ਆਪਦੇ ਖੇਤ ਦੇ ਵਿੱਚ ਨਾ ਸਟੀਆਂ ਨੂੰ ਵਾਈਏ ਜਾਂ ਰੱਖੀਏ ਯਕੀ ਆਪਣੇ ਦੀ ਇਹ ਆਉਣ ਵਾਲੇ ਸੀਜ਼ਨ ਵਾਸਤੇ ਸੇਫ ਹੈ ਉਸ ਸਵਾਲ ਦੇ ਉੱਤੇ ਇਹ ਵੀਡੀਓ ਬਣਾ ਰਹੇ ਹਾਂ ਤੁਸੀਂ ਸਾਰੀ ਵੀਡੀਓ ਨੂੰ ਦੇਖਿਓ ਤੇ ਕਿਸਾਨਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਦੇਖਣ ਵਾਲੇ ਬੰਦੇ ਹਜ਼ਾਰਾਂ ਹੁੰਦੇ ਆ ਸ਼ੇਅਰ ਕਰਨ ਵਾਲੇ ਬੰਦੇ ਘੱਟ ਹੁੰਦੇ ਆ ਪਤਾ ਨਹੀਂ ਜਾਣਕਾਰੀ ਨੂੰ ਤੁਹਾਨੂੰ ਪਸੰਦ ਨਹੀਂ ਆਉਂਦੀ ਹੈਗੀ ਜਾਂ ਜਾਣਕਾਰੀ ਤੁਸੀਂ ਅੱਗੇ ਸ਼ੇਅਰ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਮੁਸੀਬਤ ਆਪਣੀ ਸਾਰਿਆਂ ਦੀ ਸਾਂਝੀ ਆ ਤੈਨੂੰ ਹੱਲ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਬੈਠ ਕੇ ਹੀ ਕਰਨਾ ਪੈਣਾ ਜਿਹੜਾ ਖੇਤ ਦੇਖ ਰਹੇ ਤੁਸੀਂ ਹਜੇ ਤੱਕ ਇਹ ਇੱਕ ਵਾਰ ਵੀ ਨਹੀਂ ਚੁੱਕਿਆ ਗਿਆ ਪੂਰਾ ਖੜਾਕ ਹੋ ਚੁੱਕਿਆ ਹੈ ਲਗਭਗ 60% ਬਾਲ ਆ ਜਿਹੜਾ ਇਹਦਾ ਮੈਚਰ ਹੋ ਕੇ ਵਧੀਆ ਫਾਈਬਰ ਆ ਜਿਹੜੀ ਉਹ ਬਣ ਗਈ ਜਿੱਥੇ ਸੁੰਡੀ ਦਾ ਅਟੈਕ ਹੁੰਦਾ ਜੀ ਉੱਥੇ ਆਹ ਵਾਲਾ ਜਿਹੜਾ ਫੋਟਾ ਉਹ ਬਣਦਾ ਹੀ ਨਹੀਂ ਹੈਗਾ ਇਸੇ ਕਰਕੇ ਪੰਜਾਬ ਦੀ ਬਠਿੰਡਾ ਮੰਡੀ ਆ ਜਿਹੜੀ ਜਿੱਥੇ ਜ਼ਿਆਦਾ ਬਠਿੰਡਾ ਤੇ ਮਾਨਸਾ ਸ਼ਹਿਰ ਆ ਜਾਂ ਕਾਲਿਆਲੀ ਮੰਡੀ ਆ ਜਿਹੜਾ ਬਾਰਡਰ ਦਾ ਏਰੀਆ ਹਰਿਆਣੇ ਦੇ ਪਿੰਡਾਂ ਵਿੱਚ ਵੀ ਜਿੱਥੇ ਸੁੰਡੀ ਦਾ ਅਟੈਕ ਜ਼ਿਆਦਾ ਹੋਇਆ ਉੱਥੇ ਇਹ ਵਾਲੀ ਕੰਡੀਸ਼ਨ ਬਣੀ ਹੀ ਨਹੀਂ ਹੈਗੀ। ਇਸ ਵਾਲੀ ਰੂ ਨੂੰ ਇਸ ਵਾਲੇ ਫੁੱਟ ਨੂੰ ਦੇਖਣ ਨੂੰ ਲੋਕ ਤਰਸ ਗਏ ਆ। ਪਰ ਜਿੱਥੇ ਵੀ ਨਰਮਾ ਦਾ ਖੜਾਕ ਵਧੀਆ ਹੋਇਆ ਨਰਮਿਆਂ ਦੇ ਵਿੱਚ ਜਿਹੜਾ ਫਲ ਵਧੀਆ ਲੱਗਿਆ ਸੀਗਾ ਸੁੰਡੀ ਨਹੀਂ ਆਈ ਹੈਗੀ ਜਾਂ ਸੁੰਡੀ ਲੇਟ ਆਈ ਆ ਤਾਂ ਉੱਥੇ ਵੀ ਜਿਹੜਾ ਹੁਣ ਪਛੇਤਾ ਫਲ ਆ ਜਿਵੇਂ ਆਹ ਟੀਂਡਾ ਲੱਗਿਆ ਹੋਇਆ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਮੋਰੀ ਹੋਣੀ ਆ। ਜੇਕਰ ਸਹੀ ਸਲਾਬਤ ਹੋਊਗਾ ਤਾਂ ਇਹਨੇ ਸਹੀ ਸਮੇਂ ਸਿਰ ਖੇੜ ਜਾਣਾ। ਸੋ ਇਹ ਜਿਹੜਾ ਫਲ ਲੱਗਿਆ ਹੋਇਆ ਇਹਦੇ ਵਿੱਚ ਕਿਤੇ ਕਿਤੇ ਸੁੰਡੀਆਂ ਦਿਖਾਈ ਦੇ ਰਹੀਆਂ ਜਿਹੜਾ ਨਰਮਾ ਆਪਾਂ ਚੁੱਕ ਕੇ ਲੈ ਕੇ ਜਾ ਰਹੇ ਆ ਘਰੇ ਅਗਰ ਇਹਦੇ ਵਿੱਚ ਸੁੰਡੀ ਜਾਂਦੀ ਆ ਕੋਈ ਤਾਂ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਵੀ ਇਹਦੇ ਇੱਕ ਬੜੇਵੇਂ ਨੂੰ ਖਾ ਕੇ ਦੂਜੇ ਬੜੇਵੇਂ ਨੂੰ ਖਾਊਗੀ ਜਾਂ ਇਸ ਤਰ੍ਹਾਂ ਕੋਈ ਤੁਹਾਡੇ ਮਨ 'ਚ ਸ਼ੰਕਾ ਹੈਗੀ ਆ ਤਾਂ ਉਹ ਸ਼ੰਕਾ ਤੁਸੀਂ ਕੱਢ ਦਿਓ ਉਹਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਹੈਗਾ ਜਾਂ ਜਿਹੜੀਆਂ ਆਹਾ ਦਸਕੀ ਬਗ ਫਿਰਦੇ ਹੈਗੇ ਇਹਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਇਹਨਾਂ ਨੇ ਕੁਦਰਤੀ ਤੌਰ ਤੇ ਆਉਣਾ ਹੀ ਹੁੰਦਾ ਜਦੋਂ ਅਗੇਤੀ ਠੰਡ ਪੈਣ ਲੱਗ ਜਾਂਦੀ ਹੈ ਇਹ ਭੁੰਡਗੀਆਂ ਆਉਂਦੀਆਂ ਇਹਦੇ ਨਾਲ ਤੁਹਾਡਾ ਕੋਈ ਲਾਸ ਨਹੀਂ ਹੋਣਾ ਕੋਈ ਤੁਹਾਨੂੰ ਸਪਰੇ ਦੀ ਲੋੜ ਨਹੀਂ ਹੈਗੀ ਹਾਂ ਤੁਹਾਨੂੰ ਫਿਜ਼ੀਕਲੀ ਇਹ ਡਿਸਟਰਬ ਜ਼ਰੂਰ ਕਰਦੀਆਂ ਹੈਗੀਆਂ ਪਰ ਜਿਹੜੀ ਮੇਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਕਿ ਜਿਹੜੀਆਂ ਟੀਂਡਿਆਂ ਦੇ ਵਿੱਚ ਸੁੰਡੀਆਂ ਕਿਸੇ ਏਰੀਆ 'ਚ ਘੱਟ ਦਿਖਾਈ ਦੇ ਰਹੀਆਂ ਕਿਸੇ ਏਰੀਆ 'ਚ ਜ਼ਿਆਦਾ ਦਿਖਾਈ ਦੇ ਰਹੀਆਂ ਤਾਂ ਇਹਨਾਂ ਨੂੰ ਤੁਸੀਂ ਹੱਲ ਕਿਵੇਂ ਕਰਨਾ ਹੈਗਾ ਕਿਸੇ ਸਪਰੇਅ ਨਾਲ ਹੱਲ ਨਹੀਂ ਕਰਨਾ ਹੈਗਾ ਬਸ ਇਹਨਾਂ ਦੀ ਸਟੇਜ ਨੂੰ ਤੁਸੀਂ ਸਰਕੂਲੇਟ ਹੋਣ ਤੋਂ ਬਚਾਉਣਾ ਕਿਵੇਂ ਬਚਾਉਣਾ ਕਿ ਹੁਣ ਇਹ ਛਟੀਆਂ ਨੂੰ ਜ਼ਿਆਦਾ ਤੁਸੀਂ ਖੇਤਾਂ ਦੇ ਵਿੱਚ ਡੰਪ ਕਰੋਗੇ ਜਾਂ ਤੁਸੀਂ ਇਹਨਾਂ ਛਟੀਆਂ ਨੂੰ ਪੱਟ ਕੇ ਆਪਦੇ ਘਰਾਂ ਦੇ ਵਿੱਚ ਲੈ ਕੇ ਜਾਓਗੇ ਤਾਂ ਉਹਨਾਂ ਹੀ ਕੰਡੀਸ਼ਨਾਂ ਦੇ ਵਿੱਚ ਜੇਕਰ ਤੁਸੀਂ ਖੇਤਾਂ ਦੇ ਵਿੱਚ ਡੰਪ ਕਰਦੇ ਹੋ ਤਾਂ ਪਲੀਜ਼ ਰਿਕਵੈਸਟ ਆ ਕਿ ਜਿਹੜੀਆਂ ਸੁੰਡੀਆਂ ਇਹਨਾਂ ਟੀਂਡਿਆਂ ਦੇ ਵਿੱਚ ਰਹਿਣ ਗਈਆਂ ਜਾਂ ਖੇਤਾਂ ਦੀਆਂ ਛਟੀਆਂ ਦੇ ਵਿੱਚ ਰਹਿਣ ਗਈਆਂ ਉਹਨੂੰ ਤੁਹਾਨੂੰ ਡੀ ਸਰਕੂਲੇਟ ਕਰਨਾ ਪਊਗਾ ਕਿ ਉਹਨਾਂ ਨੂੰ ਤੁਹਾਨੂੰ ਡਿਫਿਊਜ਼ ਕਰਨਾ ਹੋਊਗਾ ਸਾਰੀਆਂ ਛਟੀਆਂ ਖਤਮ ਕਰਨੀਆਂ ਪੈਣੀਆਂ ਤਾਂ ਕਿ ਇਹ ਜਦੋਂ ਵੀ ਮਾਰਚ ਦੇ ਵਿੱਚ ਟੈਂਪਰੇਚਰ ਵਧਨੇ ਆ ਤਾਂ ਇਹ ਤੁਹਾਡੇ ਖੇਤਾਂ ਦੇ ਵਿੱਚ ਜਾ ਕੇ ਅੱਗੇ ਜਾ ਕੇ ਫੇਰ ਪਮਕਰ ਜਿਹੜਾ ਨਿਕਲਣਾ ਪਊਗਾ ਕਰਦੋਂ ਬਾਅਦ ਫੇਰ ਆ ਮੀਟਿੰਗ ਹੋਣੀ ਆਂਡੇ ਦੇਣੇ ਆਂਡੇ ਦੇਣ ਤੋਂ ਬਾਅਦ ਫੇਰ ਸੁੰਡੀ ਦਾ ਸਰਕਲ ਜਿਹੜਾ ਚੰਦਰਾ ਉਹ ਸਰਕਲ ਨੂੰ ਆਪਾਂ ਨੇ ਤੋੜਨਾ ਕੀ ਸੋਧ ਹੁੰਦੀ ਅਗਲੇ ਬੀਜਾਂ ਦੇ ਵਿੱਚ ਕੀ ਅਪਡੇਟ ਆਉਂਦੀ ਆ ਤੁਹਾਡੇ ਸਾਹਮਣੇ ਜਰੂਰ ਰੱਖਾਂਗੇ ਪਰ ਜਿੰਨਾ ਖੇਤਾਂ ਦੇ ਵਿੱਚ ਤੋਂ ਅਸੀਂ ਡਾਲ ਰਹੇ ਸੀਗੇ ਕਿ ਅਸੀਂ ਇਹਨੂੰ ਖੇਤ ਦੇ ਵਿੱਚ ਬੋਹਣੀ ਆ ਤਵੀਆਂ ਦੇ ਨਾਲ ਛਟੀਆਂ ਜਾਂ ਸੁਪਰ ਸੀਡਰ ਦੇ ਨਾਲ ਜਾਂ ਕਾਟਨ ਸ਼ਰੇਡਰ ਆਉਂਦਾ ਜਿਹੜਾ ਇਹਦਾ ਟੋਕਾ ਕਰਕੇ ਸਾਰਾ ਖੇਤ ਦੇ ਵਿੱਚ ਖਿਲਾਰ ਦਿੰਦਾ ਤਾਂ ਤੁਸੀਂ ਉਹਦੇ ਨਾਲ ਬਿਲਕੁਲ ਕਿਸੇ ਵੀ ਡਰ ਤੋਂ ਬਿਨਾ ਇਹਨੂੰ ਤੁਸੀਂ ਖੇਤ ਦੇ ਵਿੱਚ ਵਾਹ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਤੁਹਾਡੀ ਕਣਕ ਨੂੰ ਜਾਂ ਅਗਲੀ ਫਸਲ ਤੁਹਾਡੀ ਜੌਂ ਲੱਗ ਰਹੀ ਹੈ ਛੋਲੇ ਲੱਗ ਰਹੇ ਹੈ ਜਾਂ ਸਰੋਂ ਲੱਗ ਰਹੀ ਹੈ ਕਿਸੇ ਨੂੰ ਕੋਈ ਖਤਰਾ ਨਹੀਂ ਹੈਗਾ ਪਰ ਤੁਸੀਂ ਜਿਹੜੀ ਸੰਡੀ ਖੇਤ ਦੇ ਵਿੱਚ ਐਕਟਿਵਾ ਅੱਗੇ ਉਹਨੇ ਨੀਂਦ ਦੀ ਅਵਸਥਾ ਵਿੱਚ ਜਾਣਾ ਪਿਉਪਾ ਸਟੇਜ ਵਿੱਚ ਜਾਣਾ ਜੇਕਰ ਇਹਨੂੰ ਜ਼ਮੀਨ ਦੇ ਵਿੱਚ ਵਾਦੋਗੇ ਫਸਲ ਨੂੰ ਚੁਗਣ ਤੋਂ ਬਾਅਦ ਜਦੋਂ ਇਹ ਮਲਵਾ ਜਿਹੜਾ ਫਸਲ ਦਾ ਬੱਜੂਗਾ ਤਾਂ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਇਸ ਗੱਲ ਤੋਂ ਬਿਲਕੁਲ ਪੇਪਰਵਾਹ ਹੋ ਜੋ ਪਰ ਜਦੋਂ ਤੁਸੀਂ ਇਹਨੂੰ ਕੱਟ ਕੇ ਬਾਲਣ ਦੇ ਤੌਰ ਤੇ ਸਟੋਰ ਕਰ ਲਿਆ ਤਾਂ ਫਿਰ ਖਤਰਾ ਇਹਨੂੰ ਜਨਵਰੀ ਜਨਵਰੀ ਤੋਂ ਪਹਿਲਾਂ ਤੁਸੀਂ ਡਿਫਿਊਜ਼ ਕਰ ਦਿਓ ਬਿਲਕੁਲ ਇਹਨੂੰ ਜਲਾ ਦਿਓ ਤੁਸੀਂ ਖੇਤਾਂ ਦੇ ਬਿਲਕੁਲ ਵੀ ਨੇੜੇ ਨਾ ਰੱਖਿਓ ਪਿੰਡਾਂ ਦੇ ਵਿੱਚ ਜਿਹੜੀ ਤੁਸੀਂ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਸ ਨੂੰ ਵੀ ਕੱਟ ਕੀਤਾ ਜਾਵੇ ਨਿਆਈਆਂ ਦੇ ਵਿੱਚ ਜਿੱਥੇ ਵੀ ਰੱਖੋਗੇ ਇਹਨੂੰ ਜਨਵਰੀ ਜਨਵਰੀ ਦੇ ਮਹੀਨੇ ਦੇ ਵਿੱਚ ਪੂਰਾ ਖਤਮ ਕਰ ਦਿੱਤਾ ਜਾਵੇ ਇੰਨੀ ਕੀ ਜਾਣਕਾਰੀ ਤੁਹਾਨੂੰ ਸਾਂਝੀ ਕਰਨੀ ਸੀ ਹੋਰ ਖਸਾ ਦਾਣਾ ਜਰੂਰ ਸਾਂਝੀ ਕਰਿਓ ਤੇ ਚੰਗੇ ਰੇਟ ਚੱਲ ਰਹੇ ਆ ਸੋ ਸ਼ਿਫਟਾਂ ਦੇ ਵਿੱਚ ਆਪਣੀ ਫਸਲ ਨੂੰ ਵੇਚ ਕੇ ਵਧੀਆ ਮੁਨਾਫਾ ਕਮਾਓ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਪਡੇਟ ਆਉਂਦੀ ਹੈ ਤਾਂ ਆਪਣੇ ਚੈਨਲ ਤੇ ਅਪਲੋਡ ਹੁੰਦੀ ਰਹੂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ